श्री मुक्तसर साहब दे विच बीते दो दिन तो बारिश पै रही है ते अज भी तड़कसर तेज हनेरी ते बारिश पई है जिस कारण किसानां दी झोने दी ते बासमती दी खड़ी फसल दा काफ़ी नुकसान हो गया। दस दिए कि किसानां नूं दोरी मार पई है, किसानां दी कट्टी हुई झोने दी फसल मंडियां दे विच खराब हो रही है। मंडियां दे विच पे झोने दे तरपाला ना होण कारण सारी फसल बारिश दे नाल गिली हो गई। गलबात करदे किसानां ने दस्सिया कि तेज हनेरी ते बारिश दे नाल खेतां दे विच बासमती ते झोने दी फसल बिल्कुल हेठां वस चुकी ਕਿਤੇ ਫਸਲ ਦੇ ਹੇਠਾਂ ਡਿੱਗਣ ਦੇ ਨਾਲ ਇਸ ਵਾਰ ਝਾੜ ਵੀ ਘੱਟ ਨਿਕਲੇਗਾ ਜਿਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਕੱਟੀ ਹੋਈ ਫਸਲ ਮੰਡੀ ਦੇ ਵਿੱਚ ਵੇਚਣ ਦੇ ਲਈ ਰੱਖੀ ਗਈ ਸੀ ਅਤੇ ਝੋਨੇ ਦੀ ਫਸਲ ਦੇ ਤਰਪਾਲਾ ਨਾ ਹੋਣ ਕਾਰਨ ਮੰਡੀ ਦੇ ਵਿੱਚ ਪਈ ਕਾਫੀ ਫਸਲ ਬਾਰਿਸ਼ ਦੇ ਪਾਣੀ ਨਾਲ ਗਿੱਲੀ ਹੋ ਗਈ ਅਤੇ ਮੰਡੀਆਂ ਦੇ ਵਿੱਚ ਕਈ ਥਾਵਾਂ 'ਤੇ ਪਾਣੀ ਖੜ ਗਿਆ। ਤੁਹਾਨੂੰ ਦੱਸ ਦਈਏ ਕਿ ਸ਼ੈਲਰ ਵਾਲਿਆਂ ਦੇ ਵੱਲੋਂ ਹੜਤਾਲ ਕੀਤੀ ਹੋਈ ਹੈ ਜਿਸ ਦੇ ਕਾਰਨ ਮੰਡੀਆਂ ਦੇ ਵਿੱਚ ਫਸਲ ਨਹੀਂ ਚੁੱਕੀ ਜਾ ਰਹੀ ਅਤੇ ਸ਼੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਪੂਰੀ ਤਰ੍ਹਾਂ ਭਰ ਚੁੱਕੀ ਹੈ ਅਤੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਰਾ ਨਾਂ ਜੀ ਪੂਰਨ ਸਿੰਘ ਵੱਟੂ, ਭਾਰਤੀ ਕਿਸਾਨ ਯੂਨੀਅਨ ਡਕੌਂਡਾ, ਜ਼ਿਲ੍ਹਾ ਪ੍ਰਧਾਨ। ਪੂਰਨ ਜੀ ਕੀ ਕਹਿਣਾ ਚਾਹੋਗੇ ਜਿਹੜਾ ਬਾਰਿਸ਼ ਹੋਈ ਆ? ਬਾਰਿਸ਼ ਜੀ ਬਹੁਤ ਮੰਦਭਾਗਾ ਹੈ। ਮੈਂ ਅੱਜ ਇੱਧਰ ਆਇਆ ਸਾਰੇ ਸਰਵਾ ਕਰਕੇ, ਝੋਨੇ ਬਹੁਤ ਡਿੱਗੇ ਨੇ ਅਤੇ ਝੋਨਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਅੱਗੋਂ ਗਿੱਲੇ ਝੋਨੇ ਨੇ ਅਤੇ ਮੰਡੀਆਂ 'ਚ ਪ੍ਰਬੰਧ ਵੀ ਹੈ ਨਹੀਂ। ਦੂਜਾ ਨੰਬਰ ਹੈ ਜਿਹੜਾ ਝੋਨਾ ਸਾਡੇ ਮੇਰੇ ਏਰੀਏ ਦੇ ਵਿੱਚ ਇਹਨਾਂ ਜਿਹੜਾ ਕੋਈ ਸੇਮ ਵਾਲਾ ਪ੍ਰਭਾਵਿਤ ਏਰੀਆ ਮਸ਼ੀਨਾਂ ਵੱਢੀ ਜਾਂਦੀਆਂ ਸੀ। ਜਿਹੜਾ ਅੱਜ ਦੀ ਘੜੀ ਹੈ ਬਾਰਿਸ਼ ਪੈ ਗਈ ਹੈ, ਹੁਣ ਖੋਭੇ ਵਿੱਚ ਮਸ਼ੀਨਾਂ ਚੱਲਣਗੀਆਂ ਅਤੇ ਖੋਭੇ ਦੇ ਵਿੱਚ ਇਹ ਕਾਰਨ ਬਣੇਗਾ ਨਾ ਤਾਂ ਸਾਡੀਆਂ ਉਹਦੇ ਵਿੱਚ ਗੰਢਾਂ ਵੱਜਣੀਆਂ ਨੇ ਅਤੇ ਨਾ ਸਾਡਾ ਕੋਈ ਬੁੱਥੇ ਪਰਾਲੀ ਦੀ ਸੰਭਾਲ ਹੋਣੀ ਹੈ। ਅਤੇ ਸਾਨੂੰ ਤਾਂ ਮੈਨੂੰ ਐਂ ਲੱਗਦਾ ਵੀ ਇਹ ਜਿਹੜੀਆਂ ਲਾਰਾਂ ਨੇ ਅੱਗ ਹੀ ਲਾਉਣੀ ਪੈਣੀ ਹੈ। ਸਾਡਾ ਇੰਨਾ ਹਾਲ, ਖਰਚੇ ਬਹੁਤ ਵੱਧ ਗਏ ਨੇ। ਜਿੱਥੇ ਹੁਣ 1000 ਲੱਗਣਾ ਸੀ ਉੱਥੇ 3000 ਦੀ ਗਲੀ ਬਣ ਗਈ। ਸਾਨੂੰ ਸਭ ਤੋਂ ਬੜੀ ਸਮੱਸਿਆ ਸਾਡੇ ਵਾਸਤੇ ਵੀ ਬਾਰਿਸ਼ ਨੇ ਖੜੀ ਕਰ ਦਿੱਤੀ। ਬਲਦੇਵ ਸਿੰਘ ਵੀ ਡਕੌਂਦਾ, ਬਲਾਕ ਪ੍ਰਧਾਨ ਪਰਿਵਾਰ। ਬਲਦੇਵ ਜੀ ਕੀ ਕਹਿਣਾ ਚਾਹੋਗੇ, ਜਿਹੜੀਆਂ ਬਾਰਿਸ਼ਾਂ ਹੋਈਆਂ ਉਹਨਾਂ ਕਿੰਨਾ ਕੁ ਨੁਕਸਾਨ ਹੋਇਆ ਜਿਹੜਾ ਫਸਲ? ਦੇਖੋ ਇਹਦੇ 'ਚ ਕੁਦਰਤ ਆ ਜਿਹੜੀ ਉਹ ਕਿਸਾਨਾਂ ਦੇ ਪ੍ਰਤੀ ਕਰੋਪੀ ਚੱਲ ਰਹੀ ਹੈ ਜਾ ਰਹੀ। ਜਿਹੜੀ ਇਹ ਬਾਰਿਸ਼ ਹੋਈ ਹੈ, ਹੁਣ ਪੱਕੀਆਂ ਫਸਲਾਂ ਕਈ ਤਾਂ ਵੱਢੀਆਂ ਚੁੱਕੀਆਂ ਜਾ ਚੁੱਕੀਆਂ, ਕਈ ਫਸਲਾਂ ਵੱਢਣ ਵਾਲੀਆਂ। ਅਸੀਂ ਦੇਖਦੇ ਹਾਂ ਪਿੱਛੇ ਕਈ ਤਾਂ ਝੋਨੇ ਜਮ੍ਹਾਂ ਵਿਛ ਗਏ ਹੈ, ਕਈ ਝੋਨੇ ਬਾਰਿਸ਼ ਨੀਵੇਂ ਥਾਂ ਕਰਕੇ ਪਾਣੀ ਭਰ ਚੁੱਕਾ ਹੈ, ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੈ। ਅਤੇ ਮੰਡੀਆਂ ਦੇ ਵਿੱਚ ਵੀ ਕਈ ਥਾਈਂ ਵੀਰ ਆਉਂਦੀਆਂ ਸੁਣਦੇ ਹਾਂ, ਖਬਰਾਂ ਵੀ ਸੁਣਦੇ ਹਾਂ ਵੀ ਮੰਡੀਆਂ ਦੇ ਵਿੱਚ ਵੀ ਪ੍ਰਬੰਧ ਸਰਕਾਰ ਦਾ ਹੈ ਨਹੀਂ ਗਾ। ਮਤਲਬ ਨਾ ਤਾਂ ਕਿਸੇ ਕੋਲ ਤਰਪਾਲਾਂ ਝੋਨਾ ਢੱਕਣ ਨੂੰ, ਜਿਹੜੇ ਬਾਰਦਾਨਾ ਭਰਿਆ ਪਿਆ ਉਹ ਵੀ ਭਿੱਜ ਚੁੱਕਾ ਹੈ, ਡੁੱਬ ਚੁੱਕਾ ਹੈ। ਮਤਲਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ, ਜਿਹਦੇ ਜਿਹੜੇ ਫਸਲਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਦਾ, ਉਹ ਮੁਆਵਜ਼ਾ ਦੇਵੇ। ਪਿਛਲਾ ਮੁਆਵਜ਼ਾ ਵਜੇ ਬਾਹਲਿਆਂ ਨੂੰ ਨਹੀਂ ਮਿਲਿਆ ਗਾ। ਜਿਹੜੇ ਗੜੇਮਾਰੀ ਹੋਈ ਹੈ ਪਿੱਛੇ ਹੜ੍ਹ ਪ੍ਰਭਾਵ ਦੇ ਵਿੱਚ ਆਏ ਸੀ, ਉਹਨਾਂ ਦਾ ਮੁਆਵਜ਼ਾ ਹਜੇ ਤੱਕ ਸਾਰਿਆਂ ਨੂੰ ਨਹੀਂ ਮਿਲਿਆ ਅਤੇ ਉੱਤੋਂ ਆਹ ਮਾਰ ਹੋਰ ਪੈ ਗਈ ਹੈ। ਸਰਕਾਰ ਨੂੰ ਅਪੀਲ ਹੈ ਕਿ ਤੁਰੰਤ ਇਹਨਾਂ ਦਾ ਜਿਹੜਾ ਗਰਦੌਰੀ ਕਰਾ ਕੇ ਇਹਨੂੰ ਮੁਆਵਜ਼ਾ ਤਾਂ ਇਹ ਵੀ ਦਿੱਤਾ ਜਾਵੇ ਅਤੇ ਜਿਹੜਾ ਪਿਛਲਾ ਰਹਿੰਦਾ ਉਹ ਵੀ ਮੁਆਵਜ਼ਾ ਦਿੱਤਾ ਜਾਵੇ। ਠੀਕ ਹੈ ਜੀ, ਉਡਕਾਉਂਦਾ ਜ਼ਿਲ੍ਹਾ ਖਜਾਨਚੀ। ਬਾਰਿਸ਼ ਦਾ ਤਾਂ ਵੇਖੋ ਦੋ ਦਿਨ ਹੋ ਗਏ ਲਗਾਤਾਰ ਹੀ, ਬਾਕੀ ਜਿਹੜੀਆਂ ਬਾਸਮਤੀ ਉਹ ਤਾਂ ਜਮ੍ਹਾਂ ਟੇਢੇ ਹੋ ਗਏ। ਬਾਕੀ ਜਿਹੜਾ ਸੇਮ ਏਰੀਆ ਅੱਜ ਤਾਂ ਵੇਖ ਲਓ, ਉਹ ਤੁਸੀਂ ਵੇਖਿਆ ਹੀ ਆ, ਉਹ ਤਾਂ ਕੱਲ੍ਹ ਪਰਸੋਂ ਦੇ ਵੇਖੀ ਜਾਂਦੇ, ਉਦੋਂ ਦਾ ਨਹੀਂ ਵੱਢਿਆ ਜਾਂਦਾ ਅਤੇ ਹੁਣ ਤਾਂ ਵੱਢਿਆ ਹੀ ਕੀ ਜਾਣਾ। ਬਾਕੀ ਨੁਕਸਾਨ ਤਾਂ ਬਹੁਤ ਜ਼ਿਆਦਾ ਆ, ਜਿੰਨਾ ਵੀ ਕਹਿ ਦਈਏ ਉਦੋਂ ਜ਼ਿਆਦਾ ਨੁਕਸਾਨ ਆ ਜੀ। ਝਾੜ ਕੱਟਣ ਦਾ ਵੀ ਕੋਈ ਖਾਸਾ? ਝਾੜ ਤਾਂ ਕੱਟੂਗਾ ਹੀ ਕੱਟੂਗਾ ਜੀ, ਜਦੋਂ ਝੋਨਾ ਡਿੱਗ ਪਿਆ ਝਾੜ ਵੀ ਕੱਟੂਗਾ, ਵਢਾਈ ਵੀ ਜ਼ਿਆਦਾ। ਕਿੰਨਾ ਕੁ ਜਿਹੜਾ ਖਾਸਾ ਜਿਤਾਇਆ ਜਾ ਸਕਦਾ ਝਾੜ ਦਾ? ਦੇਖੋ ਜੀ ਇਹ ਤਾਂ ਜਿਹੜਾ ਜਮ੍ਹਾਂ ਝੋਨਾ ਜਮ੍ਹਾਂ ਹੀ ਵਿਛ ਗਿਆ, ਉਹਦਾ ਤਾਂ ਹੁਣ ਵੇਖੀਏ ਤਾਂ ਅੱਧ ਬਰਾਬਰ ਹੀ ਜਾਊਗਾ।